ਨਮਸਕਾਰ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲਾਂ ਪੇਸ਼ ਨੇ ਝੂਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੀ ਸਥਿਤੀ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਦੇ ਫਲੋਰ ਲੀਡਰਾਂ ਨੂੰ ਜਾਣਕਾਰੀ ਦੇਣ ਦੇ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਨ ਸਿੰਘ ਦਾ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਨਰੋਰਾ ਕਾਟ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 25720 ਕਰੋਨਾ ਮਾਮਲੇ ਦਰਜ ਬੀਤੇ ਦਿਨ 44157 ਕਰੋਨਾ ਮਰੀਜ਼ ਸੇਤਯਬ ਹੋਏ ਕਰੋਨਾ ਤੋਂ ਠੀਕ ਹੋਣ ਦੀ ਦਰ ਪਾਕਿਸਤਾਨ ਵਿੱਚ 0.6% ਤੇ ਪਹੁੰਚੀ ਹੁਣ ਤੱਕ ਦੇਸ਼ ਭਾਰਤ ਵਿੱਚ 58254959 ਕਰੋਨਾ ਟੀਕੇ ਲਗਾਏ ਗਏ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਆਇਕੋਨਿਕ ਵੀਕ ਪ੍ਰੋਗਰਾਮ ਤਹਿਤ ਅੱਜ ਤੋਂ 29 ਅਗਸਤ ਤੱਕ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਲਈ ਅਨੇਕ ਬਿਹਤਰੀਨ ਸਰਗਰਮੀਆਂ ਦੀ ਕੜੀ ਸ਼ੁਰੂ ਕੀਤੀ। ਫਾਜ਼ਲ ਕਾਚ ਆਯੂਸ਼ਮਾਨ ਪਾਰਸਕੀਮ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ ਨੈਰੋਬੀ ਅਤੇ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਮੈਡਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਵਧਾਈਆਂ ਦਿੱਤੀਆਂ। ਜਾਪਾਨੀ ਰਾਜਤਾਨੀ ਟੋਕੀਓ 'ਚ ਪੈਰਾ 올림픽 2020 ਖੇਡਾਂ ਦਾ ਉਦਘਾਟਨ ਪਲਕੇ ਹੋਵੇਗਾ। ਮੁਕਾਬਲੇ 25 ਅਗਸਤ ਤੋਂ ਸ਼ੁਰੂ ਹੋਣਗੇ ਪਰ 54 ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੀ ਸਥਿਤੀ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਦੇ ਫਲੋਰ ਲੀਡਰਾਂ ਨੂੰ ਜਾਣਕਾਰੀ ਦੇਣ ਦੇ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਅੱਜ ਇਸ ਬਾਰੇ ਦੱਸਦਿਆਂ ਕਿਹਾ ਕਿ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਜੋਸ਼ੀ ਇਸ ਸਬੰਧੀ ਮੀਟਿੰਗ ਬਾਰੇ ਹੋਰ ਪੇਰਵੇ ਜਾਰੀ ਕਰਨਗੇ ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਹੁਣ ਤੱਕ 400 ਪਾਰਟੀਆਂ ਨੂੰ ਉੱਥੋਂ ਸੁਰੱਖਿਅਤ ਕੱਢਿਆ ਹੈ ਇਹਨਾਂ ਤੋਂ ਇਲਾਵਾ ਅਫਗਾਨ ਸਿੱਖਾਂ ਤੇ ਕਟਗਿਂਤੀ ਹਿੰਦ ਉਪਾਈਚਾਰੇ ਤੇ ਮੈਂਬਰਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ ਤੇ ਭਾਰਤੀਆਂ ਨੂੰ ਅਫਗਾਨਿਸਤਾਨ ਚੋਂ ਕੱਢਣ ਦਾ سلسلہ جاری ਹੈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਤੇ ਮਾਝਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਦਾ ਅਜ ਬਾਅਦ ਦੁਪਹਿਰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਨਰੋਰਾ ਕਾਟ ਵਿਖੇ ਪੂਰੀ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲੰਮੀ ਬਿਮਾਰੀ ਤੋਂ ਬਾਅਦ ਬੀਤੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਕਲਿਆਣ ਸਿੰਘ ਦੀ ਮ੍ਰਿਤਕ ਦੇ ਨੂੰ ਹਵਾਈ ਜਹਾਜ਼ ਰਾਹੀਂ ਲਖਨਊ ਤੋਂ ਅਲੀਗੜ ਲਜਾਇਆ ਗਿਆ। ਲੋਕਾਂ ਦੇ ਦਰਸ਼ਨਾਂ ਲਈ ਉਹਨਾਂ ਦੀ ਮ੍ਰਿਤਕ ਦੇ ਅਲੀਗੜ ਦੇ ਸਟੇਡੀਅਮ 'ਚ ਰੱਖੀ ਗਈ ਜਿੱਥੇ ਪਾਰੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਤੇ ਸ਼ਰਧਾਂਜਲੀयां ਦੀਆਂ ਜਨਤਿਮ ਸੰਸਕਾਰ ਮੌਕੇ ਰਾਖਿਆ ਮੰਤਰੀ ਰਾਜਨਾ ਸਿੰਘ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤ્ય ਨਾਥ ਤੇ ਸਾਬਕਾ ਮੁੱਖ ਮੰਤਰੀ 우ਮਾ 파ਰਦੀ ਉਚੇਚੇ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਕਲਿਆਨ ਸਿੰਘ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਾ ਮਾ ਪੇਂਟ ਕਰਕੇ ਵਿਛੜੇ ਨੇਤਾ ਨੂੰ ਅੰਤਿਮ ਸ਼ਰਧਾਂਜਲੀयां ਦਿੱਤੀਆਂ ਕਲਿਆਨ ਸਿੰਘ ਦੇ ਪੁੱਤਰ ਰਾਜਵੀਰ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਨੂੰ ਆਕਾਸ਼ਵਾਣੀ ਤੇ ਆਪਣੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਤੇ ਦੇਸ਼ਵਾਸੀਆਂ ਨਾਲ ਰੂਬਰੂ ਹੋਣਗੇ। ਮਨ ਕੀ ਬਾਤ ਪ੍ਰੋਗਰਾਮ ਦੀ 80ਵੀਂ ਕੜੀ ਹੋਵੇਗੀ। ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਦਾ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਅਤੇ ਇਸ ਪ੍ਰਸਾਰਣ ਦੇ ਤੁਰੰਤ ਬਾਅਦ ਡੀਡੀ ਪੰਜਾਬੀ ਤੇ ਖੇਤਰੀ ਪਾਸ਼ਚ ਮਨ ਕੀ ਬਾਤ ਪ੍ਰੋਗਰਾਮ ਦਾ ਰੂਪਾਂਤਰ ਪ੍ਰਸਾਰਿਤ ਹੋਵੇਗਾ ਜਿਸ ਦਾ ਮੁੜ ਪ੍ਰਸਾਰਣ ਦਰਸ਼ਕ ਡੀਡੀ ਪੰਜਾਬੀ ਤੇ ਰਾਤ 8 ਵਜੇ ਵੀ ਦੇਖ ਸਕਣਗੇ। ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਆਪਣੇ ਮਨ ਦੀ ਗੱਲ ਕਰਨ ਦੇ ਨਾਲ-ਨਾਲ ਲੋਕਾਂ ਦੇ ਮਨ ਦੀ ਗੱਲ ਵੀ ਸੁਣਦੇ ਨੇ ਅਤੇ ਕਈ ਮੁੱਦਿਆਂ ਤੇ ਸਾਰਤਕ ਅਤੇ ਮਹੱਤਵਪੂਰਨ ਚਰਚਾ ਕੀਤੀ ਜਾਂਦੀ ਹੈ ਜਿਸ ਕਰਕੇ ਪਿਛਲੇ ਸਮੇਂ ਤੋਂ ਮਨ ਕੀ ਬਾਤ ਪ੍ਰੋਗਰਾਮ ਹੋਰ ਵੀ ਜ਼ਿਆਦਾ ਹਰਮਨ ਪਿਆਰਾ ਹੋਇਆ ਹੈ ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 25072 ਕਰੋਨਾ ਮਾਮਲੇ ਸਾਹਮਣੇ ਆਏ ਜੋ ਪਿਛਲੇ 160 ਦਿਨਾਂ ਸਭ ਤੋਂ ਘੱਟ ਟੰਕੜਾ ਹੈ ਇਸ ਸਮੇਂ ਦੌਰਾਨ ਦੇਸ਼ ਵਿੱਚ 339 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 44157 ਕਰੋਨਾ ਮਰੀਜ਼ ਸਿਹਤਯਾਬ ਹੋਏ ਹੁਣ ਤੱਕ 3 ਕਰੋੜ 16 ਲੱਖ 80 ਹਜ਼ਾਰ 626 ਲੋਕ ਕਰੋਨਾ ਤੋਂ ਮੁਕਤ ਹੋ ਚੁੱਕੇ ਨੇ ਇਸ ਸਮੇਂ ਭਾਰਤ ਵਿੱਚ ਕਰੋਨਾ ਤੋਂ ਠੀਕ ਹੋਣ ਦੀ ਦਰ ਵਧ ਕੇ 9.63 ਫੀਸਦੀ ਤੇ ਪਹੁੰਚ ਗਈ ਹੈ ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕਰੋਨਾ ਨਾ ਮਾਮਲਿਆਂ 'ਚ 19474 ਦੀ ਕਮੀ ਦਰਜ ਕੀਤੀ ਗਈ ਹੈ ਇਸ ਸਮੇਂ ਦੇਸ਼ ਭਰ ਵਿੱਚ 333924 ਐਕਟਿਵ ਕਰੋਨਾ ਮਾਮਲੇ ਨੇ ਜੋ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ 1.09% ਬਣਦਾ ਹੈ ਦੇਸ਼ ਵਿਆਪੀ ਕੋਵਿਡ ਟੀਕਾਕਰਨ ਮੁਹਿੰਮ ਵੀ ਤੇਜ਼ੀ ਨਾਲ ਜਾਰੀ ਹੈ ਬੀਤੇ ਦਿਨੀ 795543 ਕਰੋਨਾ ਟੀਕੇ ਲਗਾਏ ਗਏ ਹੁਣ ਤੱਕ ਦੇਸ਼ ਭਰ ਵਿੱਚ 58254959 ਕਰੋਨਾ ਟੀਕੇ ਲਗਾਏ ਜਾ ਚੁੱਕੇ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੱਲੋਂ ਆਈਕੋਨਿਕ ਵੀਕ ਪ੍ਰੋਗਰਾਮ ਤਹਿਤ ਅੱਜ ਤੋਂ 29 ਅਗਸਤ ਤੱਕ ਆਜ਼ਾਦੀ ਦਾ ਅੰਮ੍ਰਿਤ ਮહોਤਸਵ ਮਨੌਨੀ ਲਈ ਅਨੇਕ ਬਿਹਤਰੀਨ ਸਰਗਰਮੀਆਂ ਦੀ ਕੜੀ ਸ਼ੁਰੂ ਕੀਤੀ ਗਈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਇਸ ਸ਼ਾਨਦਾਰ ਪ੍ਰੋਗਰਾਮਾ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਚ ਜਨ ਪਾਗੀਦਾਰੀ ਅਤੇ ਜਨ ਅੰਦੋਲਨ ਦੀ ਸਮੂੱਚੀ ਪਾਵਨਾ ਤਹਿਤ ਦੇਸ਼ ਭਰ ਤੋਂ ਲੋਕਾਂ ਦੀ ਹਿੱਸੇਦਾਰੀ ਆਕਰਸ਼ਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਵਿਆਪਕ ਆਊਟਰੀਚ ਸਰਗਰਮੀਆਂ ਰਾਹੀਂ ਨਵੇਂ ਪੜੀ ਅਦਭੁਤ ਯਾਤਰਾ ਨੂੰ ਦਰਸਾਉਣਾ ਅਤੇ ਸੁਤੰਤਰਤਾ ਸੰਗਰਾਮ ਦੇ ਗੁੰਮਨਾਮ ਨਾਈਕਾ ਸਮੀਤ ਸੁਤੰਤਰਤਾ ਦੇ ਨਾਨੀਆਂ ਦੇ ਵੱਡਮੁੱਲੇ ਯੋਗਦਾਨ ਦਾ ਜਸ਼ਨ ਮਨਾਉਣਾ ਹੈ ਸਹਿਯੋਗ ਦੀ ਭਾਵਨਾ ਤੇ ਆਧਾਰਿਤ ਮਹੋਤਸਬ ਦੇ ਪ੍ਰਮੁੱਖ ਪਹਿਲੂਆਂ ਵਿੱਚੋਂ ਇੱਕ ਸੱਭਿਆਚਾਰਕ ਪ੍ਰੋਗਰਾਮਾਂ ਨੁੱਕੜ ਨਾਟਕਾਂ ਤੇ ਟੀਵੀ ਪ੍ਰੋਗਰਾਮਾਂ ਵਰਗੇ ਰਵਾਇਤੀ ਸਾਧਨਾਂ ਦੇ ਨਾਲ-ਨਾਲ ਡਿਜੀਟਲ ਜਾਂ ਸੋਸ਼ਲ ਮੀਡੀਆ ਦੇ ਨਵੇਂ ਮਾਧਿਮ ਰਾਹੀਂ ਹਰ ਜਗ੍ਹਾ ਪਹੁੰਚਣਾ ਸੰਭਵ ਹੈ ਦੂਰਦਰਸ਼ਨ ਨੈਟਵਰਕ ਤੇ ਚੱਲ ਰਹੇ ਗੁਮਨਾਮ ਨਾਇਕਾਂ ਤੇ ਸੁਤੰਤਰਤਾ ਸੰਗਰਾਮ ਰੋਜ਼ਾਨਾ ਵਿਸ਼ੇਸ਼ ਸਮਾਚਾਰ ਕੈਪਸੂਲ ਤੋਂ ਇਲਾਵਾ ਨਵੇਂ ਭਾਰਤ ਦਾ ਨਿਆ ਸਫਰ ਅਤੇ ਜਰਨੀ ਆਫ ਨਿਊ ਇੰਡੀਆ ਤਹਿਤ ਖੇਤਰੀ ਪ੍ਰੋਗਰਾਮ ਮਾਦਾ ਪ੍ਰਸਾਰਣ ਕਰੇਗਾ ਜਿਸ ਚ ਕੂਟਨੇਤੀ ਡਿਜੀਟਲ ਪਾਰਤਾ ਵਰਗੇ ਵਿਸ਼ੇ ਸ਼ਾਮਿਲ ਹੋਣਗੇ ਇਸ ਵਿਸ਼ੇਸ਼ ਹਫਤਾ ਦੀ ਪ੍ਰਮੁੱਖ ਵਿਸ਼ੇਸ਼ਤਾ ਬਕਾਰੀ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ ਦੂਰਦਰਸ਼ਨ ਵੱਲੋਂ ਨੇਤਾਜੀ ਦੇਸੀ ریاਸਤਾਂ ਕਾ ਬਿਲੇ ਆਤ ਵਰਗੀਆਂ ਡਾਕੂਮੈਂਟਰੀਆਂ ਦੀ ਕੜੀ ਦਾਵੀ ਪ੍ਰਦਰਸ਼ਨ ਕੀਤਾ ਜਾਵੇਗਾ ਇਸੇ ਤਰ੍ਹਾਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤਹਿਤ ਪੈਂਦੇ ਫਿਲਮ ਵਿਭਾਗ ਬਿਊਰੋ ਆਫ ਆਊਟਰੀਚ ਐਂਡ ਕਮਿਊਨੀਕੇਸ਼ਨ ਵੱਲੋਂ ਵੀ ਇਸ ਹਫਤੇ ਦੌਰਾਨ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਨੇ आजादी का अमृत महोत्सव ਨੂੰ ਸਮਰਪਿਤ आजादी का सफर तहत ਅਸੀਂ ਦੇਸ਼ ਦੀ आजादी ਚ ਯੋਗਦਾਨ ਪਾਉਣ ਵਾਲੇ ਵੱਖ-ਵੱਖ आजादी ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਾਉਂਦੇ ਆ ਅਸੀਂ ਇਸ ਗੜੀ ਤਹਿਤ ਗੱਲ ਕਰਾਂਗੇ ਟੰਗੂ ਟੂਰੀ ਪ੍ਰਕਾਸ਼ਮ ਪਤੁੱਲੂ ਬਾਰੇ ਪੇਸ਼ ਹੈ ਇੱਕ ਰਿਪੋਰਟ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ 23 ਅਗਸਤ ਦਾ ਦਿਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸੇ ਦਿਨ ਸਾਲ 1933 ਵਿੱਚ ਵਰਤ ਰੱਖਣ ਕਾਰਨ ਤਬੀਅਤ ਖਰਾਬ ਹੋਣ ਨਾਲ ਮਹਾਤਮਾ ਗਾਂਧੀ ਨੂੰ ਯਰਬਦਾ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਅਗਸਤ 1933 ਦੀ ਸ਼ੁਰੂਆਤ ਵਿੱਚ ਬਾਪੂ ਨੇ ਨਿੱਜੀ ਤੌਰ ਤੇ ਸत्याग्रह ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਅੰਗਰੇਜ਼ ਸਰਕਾਰ ਨੇ ਅਹਮਦਾਬਾਦ ਵਿੱਚ ਬਾਪੂ ਨੂੰ ਗ੍ਰਿਫਤਾਰ ਕਰਕੇ ਸਾਬਰਮਤੀ ਜੇਲ੍ਹ ਭੇਜ ਦਿੱਤਾ ਬਾਦ ਵਿੱਚ ਉਹਨਾਂ ਨੂੰ ਯਰਵਦਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਜੇਲ੍ਹ ਅੰਦਰ ਹਰੀਜਨਾ ਲਈ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਇਸ ਲਈ ਉਹਨਾਂ ਨੇ 16 ਅਗਸਤ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ 20 ਅਗਸਤ ਨੂੰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ 23 ਅਗਸਤ ਨੂੰ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ ਅੱਜ ਦੀ ਇਸ ਕੜੀ ਵਿੱਚ ਅਸੀਂ ਗੱਲ ਕਰਾਂਗੇ ਟੰਗੂ ਟੂਰੀ ਪ੍ਰਕਾਸ਼ੰਭ ਪੰਤੂਲੂ ਬਾਰੇ ਜੋ ਆਂਧਰ ਕੇਸਰੀ ਦੇ ਨਾਂ ਨਾਲ ਵੀ ਪ੍ਰਸਿੱਧ ਨੇ ਸਿੱਧ ਆਜ਼ਾਦੀ ਕੋਲਾਟੀਏ ਟੰਗੂ ਟੂਰੀ ਪ੍ਰਕਾਸ਼ਮ ਦਾ ਜਨਮ ਅੱਜ ਦੇ ਹੀ ਦਿਨ 1872 ਵਿੱਚ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਹੋਇਆ ਸੀ ਪ੍ਰਕਾਸ਼ਮ ਜ਼ਿਲ੍ਹੇ ਦਾ ਨਾਂ ਉਹਨਾਂ ਦੇ ਨਾਂ ਤੇ ਹੀ ਰੱਖਿਆ ਗਿਆ ਸੀ ਉਹ ਅੰਗਰੇਜ਼ਾਂ ਦੇ ਖਿਲਾਫ ਆਪਣੀ ਹਿੰਮਤ ਅਤੇ ਬਹਾਦਰੀ ਲਈ ਜਾਣੇ ਜਾਂਦੇ ਨੇ 1928 ਦੀ ਇੱਕ ਇਤਿਹਾਸਿਕ ਘਟਨਾ ਵਿੱਚ ਸਾਈਮਨ ਕਮਿਸ਼ਨ ਦੀ ਉਸ ਵੇਲੇ ਦੀ ਮਦਰਾਸ ਯਾਤਰਾ ਦੌਰਾਨ ਪੁਲਿਸ ਨਾਲ ਹੋਈ ਹਿੰਸਕ ਝੜਪ ਵਿੱਚ ਉਹ ਸੀਨਾ ਤਾਣ ਕੇ ਖੜੇ ਹੋ ਗਏ ਸਨ ਮੁਸਕਰਾ ਕਰ ਕਾਈ ਹੈ سینوں ਤੇ ਆਪਣੇ ਗੋਲੀਆਂ سینوں ਤੇ ਆਪਣੇ ਗੋਲੀਆਂ ਜੋ ਨੇ ਵੀਰਾਨੋਂਸੇ ਗੁਜ਼ਰੇ ਹੈ ਤਾਂ ਜੰਨਤ ਪਾਈ ਹੈ ਸਾਈਮਨ ਕਮਿਸ਼ਨ ਦੇ ਦੌਰਾਨ ਅੰਗਰੇਜ਼ ਪੁਲਿਸ ਸਾਹਮਣੇ ਪ੍ਰਦਰਸ਼ਿਤ ਕੀਤੀ ਗਈ ਬਹਾਦਰੀ ਤੋਂ ਇਲਾਵਾ ਪ੍ਰਕਾਸ਼ਮ 1922 ਵਿੱਚ ਅਸਹਿਯੋਗ ਅੰਦੋਲਨ ਵਿੱਚ ਸਰਗਰਮ ਭਾਗੀਦਾਰੀ ਲਈ ਵੀ ਜਾਣੇ ਜਾਂਦੇ ਨੇ ਉਹਨਾਂ ਗੰਟੂਰ ਵਿੱਚ 30 ਹਜ਼ਾਰ ਕਾਂਗਰਸ ਸਵੈ ਸੇਵਕਾਂ ਨਾਲ ਪ੍ਰਦਰਸ਼ਨ ਕੀਤਾ 1942 ਵਿੱਚ ਕਾਂਗਰਸ ਦੇ ਬੰਬੇ ਇਜਲਾਸ ਦੌਰਾਨ ਮਹਾਤਮਾ ਗਾਂਧੀ ਨੇ ਅੰਗਰੇਜ਼ੋ ਭਾਰਤ ਛੱਡੋ ਦਾ ਨਾਰਾ ਬੁਲੰਦ ਕੀਤਾ ਇਸ ਅੰਦੋਲਨ ਵਿੱਚ ਪ੍ਰਕਾਸ਼ਮ ਨੇ ਸਰਗਰਮੀ ਨਾਲ ਹਿੱਸਾ ਲਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 3 ਸਾਲ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਜਾਗ ਰਹੋ ਡੰਡੀ ਸਾਥ ਜਾਗ ਰਹੋ ਵੰਦੇ ਮਾਤਰਾਂ ਵੰਦੇ ਮਾਤਰਾਂ ਸੁਤੰਤਰਤਾ ਅੰਦੋਲਨ ਦੌਰਾਨ ਪ੍ਰਕਾਸ਼ਮ ਨੇ ਸਵਰਾਜ ਪత్రికਾ ਸ਼ੁਰੂ ਕੀਤੀ ਅਤੇ ਦੇਸ਼ ਭਰ ਵਿੱਚ ਰਾਸ਼ਟਰੀਵਾਦੀ ਭਾਵਨਾਵਾਂ ਨੂੰ ਫੈਲਾਇਆ ਚੰਗੂ ਟੂਰੀ ਪ੍ਰਕਾਸ਼ਮ ਨੇ ਮਦਰਾਸ ਲਾ ਕਾਲਜ ਤੋਂ ਕਾਨੂੰਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ 14 ਸਾਲ ਤੱਕ ਵਕਾਲਤ ਕਰਨ ਤੋਂ ਬਾਅਦ ਉਹ ਇੰਗਲੈਂਡ ਗਏ ਅਤੇ ਮਦਰਾਸ ਹਾਈ ਕੋਰਟ ਵਿੱਚ ਵਕੀਲ ਦੇ ਤੌਰ ਤੇ ਮੈਂਬਰ ਵਜੋਂ ਦਰਜ ਹੋਣ ਲਈ ਬੈਰਿਸਟਰ ਦਾ ਕੋਰਸ ਪੂਰਾ ਕੀਤਾ ਲੰਡਨ ਜਾਣ ਵਾਲੇ ਜਹਾਜ਼ ਤੇ ਪਹਿਲੀ ਵਾਰ ਉਨ੍ਹਾਂ ਦੀ ਮੁਲਾਕਾਤ ਗਾਂਧੀ ਜੀ ਨਾਲ ਹੋਈ ਉਹ ਸੁਤੰਤਰਤਾ ਸੰਗਰਾਮ ਪ੍ਰਤੀ ਗਾਂਧੀ ਜੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਸਨ ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਚਾਰ ਵਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਰੂਪ ਵਿੱਚ ਕੰਮ ਕੀਤਾ। ਪ੍ਰਕਾਸ਼ਮ ਨੇ ਉਸ ਵੇਲੇ ਦੇ ਮਦਰਾਸ ਅਤੇ ਆਂਧਰਾ ਸੂਬੇ ਦੇ ਮੁੱਖ ਮੰਤਰੀ ਦੇ ਤੌਰ ਤੇ ਵੀ ਕੰਮ ਕੀਤਾ। ਉਹਨਾਂ ਦੀ ਪ੍ਰਸ਼ਾਸਕੀ ਸਮਰੱਥਾ ਸੂਬੇ ਦੇ ਕਈ ਖੇਤਰਾਂ ਵਿੱਚ ਉਹਨਾਂ ਵੱਲੋਂ ਲਏ ਗਏ ਮਹੱਤਵਪੂਰਨ ਫੈਸਲਿਆਂ ਤੋਂ ਸਾਹਮਣੇ ਆਉਂਦੀ ਏ। ਮਦਰਾਸ ਸੂਬੇ ਲਈ ਉਹਨਾਂ ਵੱਲੋਂ ਤਿਆਰ ਕੀਤੀ ਗਈ ਜ਼ਿਮੀਦਾਰੀ ਨੂੰ ਖਤਮ ਕਰਨ ਬਾਰੇ ਰਿਪੋਰਟ ਦੇਸ਼ ਵਿੱਚੋਂ ਜ਼ਿਮੀਦਾਰੀ ਪ੍ਰਥਾ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਦੇ ਯਤਨਾਂ ਦੀ ਮੋਰੀ ਬਣ ਗਈ 20 ਮਈ 1957 ਨੂੰ ਟਾਂਗੂ ਟੂਰੀ ਪ੍ਰਕਾਸ਼ਮ ਨੇ ਆਖਰੀ ਸਾਹ ਲਿਆ ਅਤੇ ਦੇਸ਼ ਨੇ ਆਪਣੇ ਮਹਾਨ ਸਪੂਤਾਂ ਅਤੇ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਨੂੰ ਗਵਾ ਦਿੱਤਾ ਦੇਸ਼ ਦੀ ਆਜ਼ਾਦੀ ਲਈ ਖੋਲ ਕਰਨ ਵਾਲੇ ਅਜਿਹੇ ਮਹਾਨ ਪੁਰਸ਼ਾਂ ਦੀ ਨਿਰਸਵਾਰਥ ਸੇਵਾ ਲਈ ਭਾਰਤ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਪਾਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਯੂਸ਼ਮਾਨ ਪਾਰਸ ਯੋਜਨਾ ਤੇ ਜਿੱਥੇ ਸੂਬੇ ਪਾਰ ਵਿੱਚ ਗਰੀਬ ਵਰਗ ਦੇ ਲੋਕ 5 ਲੱਖ ਰੁਪਏ ਤੱਕ ਮੁਫਤ ਸਿਹਤ ਸੁਵਿਧਾ ਦਾ ਲਾਭ ਲੈ ਰਹੇ ਨੇ ਆਯੂਸ਼ਮਾਨ ਪਾਰਸ ਯੋਜਨਾ ਤੇ ਸਮਾਰਟ ਕਾਰਡ ਹੋਲਡਰ किरती छोटे किसान छोटे व्यापारी ਤੇ ਪੱਤਰਕਾਰ 5 ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾ ਸਕਣਗੇ ਫਾਜ਼ਿਲਕਾ ਵਿੱਚ ਵੀ ਆਯੁਸ਼ਮਾਨ ਭਾਰਤ ਸਕੀਮ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਲਾਜਾਬੌਰ ਨਿਵਾਸੀ ਰਤਨ ਲਾਲ ਨੇ ਦੱਸਿਆ ਕਿ ਉਸਨੇ ਹਰਨੀਆਂ ਦਾ ਆਪਰੇਸ਼ਨ ਕਰਵਾਇਆ ਅਤੇ ਉਸਦਾ ਕੋਈ ਪੈਸਾ ਖਰਚ ਨਹੀਂ ਹੋਇਆ ਆਯੁਸ਼ਮਾਨ ਭਾਰਤ ਸਕੀਮ ਤਹਿਤ ਬਣੇ ਸੇਤ ਬੀਮਾ ਕਾਰਡ ਤੇ ਉਸ ਨੂੰ ਇਹ ਸਹੂਲਤ ਮਿਲੀ ਹੈ ਇਸੇ ਤਰ੍ਹਾਂ ਡੱਬਲੀ ਕਲਾ ਤੋਂ ਆਏ ਭਜਨ ਦਾਸ ਨੇ ਆਪਣੇ ਭਰਾ ਦੇ ਇਲਾਜ ਲਈ ਇਸ ਸਕੀਮ ਦਾ ਲਾਭ ਲਿਆ ਫਾਜ਼ਿਲਕਾ ਦੇ ਸਰਹਦੀ ਪਿੰਡ ਮੁਹਾਰ ਜਮ ਸ਼ੇਰ ਦੇ ਵਸਨੀਕ ਪ੍ਰੇਮ ਸਿੰਘ ਨੇ ਵੀ ਆਪਣੀ ਪਤਨੀ ਦਾ ਜਨੇਪਾ ਸਰਕਾਰੀ ਹਸਪਤਾਲ ਜੀ ਕਰਵਾਇਆ ਹੈ ਜਿਸ ਤੇ ਉਸ ਦਾ ਕੋਈ ਖਰਚਾ ਨਹੀਂ ਆਇਆ ਯਾਰ ਨੀਵੇਂ ਦਾ ਆਪਰੇਸ਼ਨ ਸੀਗਾ ਜੀ ਉਹਦੇ ਵਾਸਤੇ ਆਈ ਸੀ ਕਾਰਡ ਦੁਆਰਾ ਇਲਾਜ ਹੋਇਆ ਮੇਰਾ ਸਹੀ ਦਵਾਈ ਗੋਲੀ ਮੈਨੂੰ ਮਿਲ ਰਹੀ ਹੈ ਜੋ ਮੈਨੂੰ ਜ਼ਰੂਰਤ ਸੀਗੀ ਉਹ ਦਵਾਈਆਂ ਮਿਲ ਰਹੀਆਂ ਕਾਰਡ ਦੁਆਰਾ ਸਭ ਸਹੀ ਆਪਰੇਸ਼ਨ ਵਗੈਰਾ ਹੋਈ ਚੰਗਾ ਮੇਰਾ ਇਲਾਜ ਹੋ ਗਿਆ ਤਾਂ ਲੋਪਰੇਸ਼ਨ ਹੋਇਆ। 2-3 ਦਿਨਾਂ ਦੀ ਛੁੱਟੀ ਮਿਲ ਜਾਨੂੰ। ਅਜੇ ਤੱਕ ਮੰਨ ਲਓ ਜੋ ਸਾਡਾ ਇਲਾਜ ਚੱਲੀ ਜਾਂਦਾ ਵੀ ਫ੍ਰੀ ਚੱਲੀ ਜਾਂਦਾ। 1-2 ਟੈਸਟ ਅਸੀਂ ਬਾਹਰੋਂ ਕਰਾਏ ਨੇ। ਉਹਨਾਂ ਦੇ ਸਾਡੇ ਪੈਸੇ ਲੱਗੇ ਨੇ। ਬਾਕੀ ਜੋ ਸਾਡਾ ਇਲਾਜ ਚੱਲ ਰਿਹਾ ਹੈ ਉਹ ਫ੍ਰੀ ਚੱਲ ਰਿਹਾ ਜੀ। ਸਾਡਾ 5 ਲੱਖ ਵਾਲਾ ਕਾਰਡ ਚੱਲਿਆ ਹੈ। 52 ਲੱਖਾਂ ਤੋਂ ਤੋੜ ਦੇਣਾ। ਚਲਾਇਆ ਗਿਆ ਸਾਡਾ ਕਾਰਡ ਉਸ ਤੋਂ। ਫੜਲੇ ਦੇ ਕੇਸ ਕਰਾਇਆ ਸੀਗਾ। ਹਾਂ ਸਾਨੂੰ ਕਹਿੰਦੇ ਡਾਕਟਰ ਕਹਿੰਦੇ ਕਾਰਡ ਦਿਖਾਓ। ਕਾਰਡ ਹੈ ਹੋਇਆ ਦਾ ਕਾਰਡ ਦਿਖਾਇਆ ਤਾਂ ਕਦੇ ਕਾਰਡ ਤੋਂ ਤਾਂ 5 ਲੱਖ ਬਣਿਆ ਤੇ ਚੱਲ ਜਾਵੇਗਾ ਇੱਥੇ ਤੁਸੀਂ 5 ਲੱਖ ਲਾ ਕੇ ਫਿਰ ਕਾਰਡ ਚਰਾਇਆ ਸੀ ਤੁਹਾਡਾ ਕੋਈ ਪੈਸਾ ਸਾਡਾ ਨਹੀਂ ਕੋਈ ਫੈਸਲਾ ਲੱਗਾ ਪ੍ਰੈਸ਼ਨ ਦਾ ਸਿਹਤ ਸਹੂਿਦਾਵਾਂ ਦੇਣ ਦੇ ਨਾਲ ਨਾਲ ਆਯੂਸ਼ਮਾਨ ਭਾਰਤ ਸਕੀਮ ਤਹਿਤ ਲੋੜਵੰਦਾਂ ਦੇ ਕਾਰਡ ਵੀ ਬਣਾਏ ਜਾ ਰਹੇ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਦਵਿੰਦਰ ਕੁਮਾਰ ਨੇ ਦੱਸੇ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਕਰੀਬ 6 ਸਰਕਾਰੀ ਤੇ 20 ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਸਕੀਮ ਤਹਿਤ ਸੂਚੀਬੱਧ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਅੰਡਰ ਵੀ ਐਥਲੈਟਿਕ ਚੈਂਪੀਅਨਸ਼ਿਪ ਨੈਰੋਬੀਚ ਮੈਡਲ ਜਿੱਤਣ ਵਾਲੇ ਐਥਲੀਟਾਂ ਨੂੰ ਵਧਾਈ ਦਿੱਤੀ ਹੈ ਆਪਣੇ ਟਵੀਟ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ 'ਚ ਦੋ ਚਾਂਦੀ ਦੇ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਣ ਤੇ ਬਹੁਤ-ਬਹੁਤ ਵਧਾਈ ਉਹਨਾਂ ਕਿਹਾ ਕਿ ਐਥਲੈਟਿਕਸ ਪੂਰੇ ਭਾਰਤ ਵਿੱਚ ਹਰਮਨ ਪਿਆਰੀ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਲਈ ਬਹੁਤ ਚੰਗਾ ਸੰਕੇਤ ਹੈ ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ ਕਿ ਸਖਤ ਮਿਹਨਤ ਕਰਨ ਵਾਲੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਪ੍ਰਧਾਨ ਮੰਤਰੀ ਨੇ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਮੈਡਲ ਜਿੱਤਣ ਤੇ ਪਹਿਲ ਤਤੀਬਾਸ਼ਾਲੀ ਪਹਿਲਵਾਨਾਂ ਨੂੰ ਹੋਰ ਊਰਜਾ ਉਹਨਾਂ ਨੇ ਲਿਖਿਆ ਕਿ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2021 ਸਾਡਾ ਪੁਰਸ਼ ਅਤੇ ਮਹਿਲਾ ਦਲ 4 ਚਾਂਦੀ ਦੇ ਮੈਡਲਾਂ ਸਮੇਤ ਕੁੱਲ 11 ਮੈਡਲ ਹਾਸਲ ਕਰਕੇ ਪਰਤੇ ਹੈ ਪ੍ਰਧਾਨ ਮੰਤਰੀ ਨੇ ਇਨ੍ਹਾਂ ਪਹਿਲਵਾਨਾਂ ਨੂੰ ਸ਼ਾਬਾਸ਼ ਦੇਣ ਦੇ ਨਾਲ-ਨਾਲ ਭਵਿੱਖ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਤੇਜ਼ ਦੇ ਨਾਲ ਹੀ ਖਬਰਾਂ ਦੇ ਬਲਟਨ ਖਤਮ ਹੁੰਦੇ ਹਨ ਨਮਸਕਾਰ